ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਮੇਰੀ ਵੀਡੀਓ ਹਰਸਿਮਰਤ ਕੌਰ ਬਾਦਲ ਲਈ ਹੈ। ਉਹਨਾਂ ਨੇ ਜੋ ਪਿਛਲੇ ਦਿਨਾਂ ਜਿਹੜੀ ਇੱਕ ਵਾਕਿਆ ਹੋਇਆ ਸੀ ਨਾਰੋਵਾਲ ਵਿੱਚ, ਉਹਦੇ ਉੱਤੇ ਬਿਆਨ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਪੁੱਛਣਗੇ ਔਰ ਉਹਨਾਂ ਨੇ ਅਖਬਾਰ ਦੀ ਸੁਰਖੀ ਲਾਉਣ ਵਾਸਤੇ ਸਜਾਉਣ ਵਾਸਤੇ ਇੱਕ ਮੈਸੇਜ ਐਸਾ ਕਰ ਦਿੱਤਾ ਜਿਹਦੇ ਨਾਲ ਜਿਹੜੀ ਹੈ ਸਿੱਖ ਕੌਮ ਦੇ ਵਿੱਚ ਰੋਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਹਰਸਿਮਰਤ ਕੌਰ ਬਾਦਲ ਜੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 52 ਹੁਕਮਾਂ ਦੇ ਵਿੱਚ 52 ਬਚਨਾਂ ਦੇ ਵਿੱਚ ਇੱਕ ਹੁਕਮ ਹੈ ਕਿ ਰਾਜਨੀਤੀ ਪੜ੍ਹਨੀ ਤੇ ਹਿੱਸਾ ਲੈਣਾ। ਲੇਕਿਨ ਇਹ ਰਾਜਨੀਤੀ ਨਫ਼ਰਤਾਂ ਵਾਲੀ ਰਾਜਨੀਤੀ ਨਹੀਂ, ਇਹ ਪਿਆਰ ਮੁਹੱਬਤ ਨੂੰ ਵਧਾਉਣ ਵਾਲੀ ਰਾਜਨੀਤੀ ਹੈ। ਦੋਵਾਂ ਨਾਰਾਜ਼ ਨੂੰ ਮਿਲਾਉਣ ਵਾਲੀ ਰਾਜਨੀਤੀ ਸੀ, ਨਾ ਕਿ ਨਫ਼ਰਤ ਦੇ ਬੀਜ ਬੋਲਣ ਵਾਲੀ ਬੀਜ ਬੋਣ ਵਾਲੀ ਰਾਜਨੀਤੀ ਸੀ। ਮੈਂ ਬੇਨਤੀ ਕਰਨਾ ਕਿ ਪਾਕਿਸਤਾਨ ਦੀ ਸਰਕਾਰ ਨੇ ਜੋ ਕਰਤਾਰਪੁਰ ਲਾਂਘਾ ਖੋਲਿਆ ਉਹ ਮੁਹੱਬਤਾਂ ਵਾਸਤੇ ਖੋਲਿਆ, ਨਾ ਕਿ ਨਫ਼ਰਤਾਂ ਵਾਸਤੇ। ਇਹ ਜਿਹੜੀ ਹਵੇਲੀ ਸੀ ਇਹਨੂੰ ਗੁਰੂ ਧਾਮ ਕਹਿ ਕੇ ਉਹਦੇ ਉੱਤੇ ਸਿਆਸਤ ਕਰਨਾ, ਪਾਕਿਸਤਾਨ ਦੇ ਖਿਲਾਫ਼ ਸਿਰਫ ਬਿਆਨ ਦੇਣਾ ਔਰ ਸਿੱਖ ਧਰਮ ਦੇ ਵਿੱਚ ਆਪਸ ਵਿੱਚ ਫੂਟ ਪਾਣੀ, ਪਾਕਿਸਤਾਨ ਦੀ ਸਿੱਖ ਕੌਮ ਅਤੇ ਹਿੰਦੁਸਤਾਨ ਦੀ ਸਿੱਖ ਕੌਮ ਦੇ ਵਿੱਚ ਨਫ਼ਰਤਾਂ ਪਾਣੀਆਂ, ਇਹ ਬਿਲਕੁਲ ਗਲਤ ਕਰ। ਤੁਸੀਂ ਜਿੱਦਾਂ ਉਹਦਾ ਰੱਬ ਨੇ ਵੱਡਾ ਧੰਨ ਦਿੱਤਾ ਤੁਸੀਂ ਉਸ ਤਰ੍ਹਾਂ ਦੇ ਵੱਡੇ ਵੱਡੇ ਕੰਮ ਕਰੋ। ਤੁਸੀਂ ਇਸ ਦੀ ਛੋਟੀਆਂ ਛੋਟੀਆਂ ਗੱਲਾਂ ਨਾ ਕਰੋ, ਬਗੈਰ ਤਹਿਕੀਕ ਇਹੋ ਜਿਹੇ ਬਿਆਨ ਨਾ ਦਿਓ ਅਤੇ ਮਿਹਰਬਾਨੀ ਹੋਏਗੀ ਤੁਹਾਡੀ, ਤੁਸੀਂ ਕਿਰਪਾ ਕਰਕੇ ਇਹ ਕੋਸ਼ਿਸ਼ ਕਰੋ ਕਿ ਲਾਂਘਾ ਖੁੱਲ੍ਹੇ, ਖੁੱਲ੍ਹੇ ਦਰਸ਼ਨ ਦੀਦਾਰੇ ਸੰਗਤਾਂ ਨੂੰ ਹੋਣ, ਹਿੰਦੁਸਤਾਨ ਦੀ ਬਲਕਿ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਜਿਹੜੀ ਗੁਰੂ ਨਾਨਕ ਨਾਮ ਲੈਂਦਾ ਉਹ ਪਾਕਿਸਤਾਨ ਆ ਕੇ ਮੱਥਾ ਟੇਕਣ ਔਰ ਇੱਥੋਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜੀ ਬਖਸ਼ਿਸ਼ ਉੱਥੋਂ ਲੈ ਕੇ। ਤੁਸੀਂ ਬਜਾਏ ਨਫ਼ਰਤਾਂ ਫੈਲਾਉਣ ਦੇ ਪਿਆਰ ਦੀ ਗੱਲ ਕਰੋ ਅਤੇ ਜ਼ਿਆਦਾ ਚੰਗੀ ਗੱਲ ਹੋਏਗੀ, ਨਹੀਂ ਤੇ ਇੱਡੇ ਵੱਡੇ ਅਹੁਦੇ ਦੇ ਨਾਲ ਇੰਨੀਆਂ ਨਿੱਕੀ ਨਿੱਕੀਆਂ ਗੱਲਾਂ ਤੁਹਾਨੂੰ ਨਹੀਂ ਸਕਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।